ਵੜਾ ਹਾਈਵੇ ਦੇ ਉੱਤੇ ਇੱਕ ਸਵੇਰੇ ਸੜਕ ਹਾਦਸਾ ਵਾਪਰਦਾ ਹੈ ਸੜਕ ਹਾਦਸੇ ਦੇ ਵਿੱਚ ਇੱਕ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਔਰ ਦੂਸਰੀ ਲੜਕੀ ਜਿਹੜੀ ਹੈ ਹਾਲੀ ਵੀ ਡੇਰੇ ਇਲਾਜ ਹਸਪਤਾਲ ਦੇ ਵਿੱਚ ਦੱਸੀ ਜਾ ਰਹੀ ਹੈ ਲੜਕੀ ਦੀ ਹਾਲਤ ਨਾਜ਼ੂ ਦੱਸੀ ਜਾ ਰਹੀ ਹੈ ਔਰ ਦੂਸਰੇ ਪਾਸੇ ਜਿਹੜੀ ਲੜਕੀ ਦੀ ਮੌਕੇ ਤੇ ਮੌਤ ਹੋਈ ਹੈ ਉਹਨਾਂ ਦੇ ਘਰ ਵੱਲੋਂ ਤੇ ਪਰਿਵਾਰਾਂ ਵੱਲੋਂ ਅੱਜ ਨੈਸ਼ਨਲ ਹਾਈਵੇ ਦੇ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਨਸਾਫ ਨੂੰ ਲੈ ਕੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਹੋ ਨੈਸ਼ਨਲ ਹਾਈਵੇ ਹੈ ਫਗਵਾੜਾ ਹਾਈਵੇ ਹੈ ਜਿੱਥੇ ਦੂਰ ਦੂਰ ਤੱਕ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਜਿੱਥੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਉੱਥੇ ਹੀ ਜਿਹੜੇ ਲੋਕ ਹੈਗੇ ਆ ਕਾਫੀ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸਾਡੇ ਨਾਲ ਕੁਝ ਲੋਕ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੈਡਮ ਤੁਸੀਂ ਕਿੱਥੋਂ ਆ ਰਹੇ ਸੀ ਜਾਣਾ ਕਿੱਥੇ ਸੀ ਕਿੰਨੀ ਕ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਜਰਿੰਦਰ ਸਿੰਘ ਚੰਡੀਗੜ੍ਹ ਜਾ ਰਹੇ تھے ਤੋਂ ਸ਼ਾਦੀ ਤੇ 3 ਸਵਾ 3 ਘੰਟੇ ਹੋ ਗਏ ਇੱਥੇ ਫਸੇ ਹੋਏ ਹੈ ਬਸ ਜੋ ਹੋਇਆ ਉਹ ਬੁਰਾ ਹੋਇਆ ਲੇਕਿਨ ਇਹ ਹੈ ਕਿ ਹਮ ਵੀ ਫੇਸ ਕਰ ਰਹੇ ਆ ਬਨੂ ਜਿੱਤ ਜਲਦੀ ਖੁੱਲ ਜਾਏ ਤਾਂ ਅੱਛਾ ਹੈ ਜਾ ਪਾਂਗੇ ਉਹ ਲੋਕਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਜਿਹੜੇ ਇਸ ਜਾਮ ਦੇ ਵਿੱਚ ਫਸੇ ਹੋਏ ਆ ਗੱਲਬਾਤ ਕਰਨ ਲਈ ਸਾਹਮਣੇ ਮੌਜੂਦ ਹੈ ਜਿਹੜੇ ਨੈਸ਼ਨਲ ਹਾਈਵੇ ਦੇ ਉੱਤੇ ਖੜੇ ਆ ਸਰ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਭਈ ਸਵੇਰੇ ਜਲੰਧਰ ਤੋਂ ਨਿਕਲੇ ਸੀ ਕਿ ਚੰਡੀਗੜ੍ਹ ਜਾਣ ਲਈ ਤੇ ਮੈਰਿਜ ਅਟੈਂਡ ਕਰਨ ਲਈ ਜਾਣਾ ਸੀਗਾ ਅਸੀਂ ਚੰਡੀਗੜ੍ਹ ਚ ਅਪਰੋਕਸੀਮੇਟਲੀ ਸਵਾ ਨੋ ਦੇ ਇੱਥੇ ਖੜੇ ਆ ਜੀ 3 ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ ਸਾਨੂੰ ਇੱਥੇ ਖੜੇ ਹੋਏ ਤੇ ਬਹੁਤ ਪ੍ਰੋਬਲਮ ਹੋ ਰਹੀ ਆ ਕੋਈ ਸੋਲੂਸ਼ਨ ਨਿਕਲਣਾ ਚਾਹੀਦਾ ਤਾਂ ਕਿ ਇਹਨਾਂ ਦਾ ਵੀ ਰਿਜ਼ੋਲੂਸ਼ਨ ਨਿਕਲੇ ਤੇ ਸੜਕ ਵੀ ਖੁੱਲੇ ਤਾਂ ਕਿ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਚੀਜ਼ ਲਈ ਜੇ ਗੱਲ ਕਰੀਏ ਜਾਮ ਦੀ ਜੇ ਦੋਨੋਂ ਬੱਸੇ ਦੇਖਿਆ ਜਾ ਜਾਮ ਜਿਹੜਾ ਹੈਗਾ ਦੂਰ ਦੂਰ ਤੱਕ ਲੱਗਾ ਹੈ ਜਿਹੜੀਆਂ ਗੱਡੀਆਂ ਦੇ ਵਿੱਚ ਲੇਡੀਜ਼ ਵੀ ਹੈ ਬੱਚੇ ਵੀ ਹੈ ਬੱਸਾਂ ਵੀ ਜਾਮ 'ਚ ਬੱਸੀਆਂ ਹੈ ਕਈ ਲੋਕ ਪਰੇਸ਼ਾਨ ਬਹੁਤ ਹੋ ਰਹੇ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਮ ਲੋਕੀ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਜਿਹੜਾ ਐਕਸੀਡੈਂਟ ਕਰਕੇ ਗਿਆ ਉਹ ਤਾਂ ਨਿਕਲ ਗਿਆ ਹੈ ਉਹਦੇ ਵਾਸਤੇ ਤਾਂ ਮੇਰੇ ਖਿਆਲ ਕੋਈ ਐਕਸ਼ਨ ਲਿਆ ਨਹੀਂ ਜਾ ਰਿਹਾ ਬਟ ਪਰੇਸ਼ਾਨੀ ਸਾਰੀ ਆਮ ਹੋਰ ਜਿਹੜੇ ਲੋਕ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਹਾਂਜੀ ਸਰ ਸਰ ਦੇਖੋ ਨਾ ਅਫਸੋਸ ਹੈ ਕਿ ਜਿਸ ਘਰ ਨਾਲ ਆਇਆ ਬਟ ਠੀਕ ਹੈ ਬਟ ਇੱਕ ਘਰ ਦੀ ਪਰੇਸ਼ਾਨੀ ਦੀ ਵਜ੍ਹਾ ਨਾਲ ਹਜ਼ਾਰਾਂ ਲੋਕੀ ਪਰੇਸ਼ਾਨ ਹੋ ਰਹੇ ਆ ਇਸ ਟਾਈਮ ਪੂਰਾ ਹਾਈਵੇ ਜਾਮ ਹੈ ਸਭ ਕੁਝ ਦੇਖੋ ਰੁਕ ਚੁੱਕਾ ਆ ਹੁਣ ਇੰਨੇ ਲੋਕ ਆ ਹਜ਼ਾਰਾਂ ਗੱਡੀਆਂ ਫਸੀਆਂ ਆ ਕਿਸੇ ਨੇ ਚੰਡੀਗੜ੍ਹ ਜਾਣਾ ਕਿਸੇ ਨੇ ਕਿਸੇ ਇੰਪੋਰਟੈਂਟ ਫੰਕਸ਼ਨ ਤੇ ਜਾਣਾ ਸਾਡੇ ਵਰਗਿਆਂ ਨੇ ਜੌਬ ਤੇ ਜਾਣਾ ਅਸੀਂ ਵਿਚਕਾਰ ਫਸੇ ਆ ਤੇ ਸਾਨੂੰ ਇਹ ਵੀ ਨਜ਼ਰ ਨਹੀਂ ਆ ਰਿਹਾ ਕਿ ਇਹਦਾ ਰੈਜ਼ੋਲੂਸ਼ਨ ਕੀ ਹੈ ਕਿੰਨੀ ਦੇਰ ਚ ਹੋ ਰਿਹਾ ਹੈ ਕਿਉਂਕਿ ਇਦਾਂ ਤਾਂ ਹੈ ਨਹੀਂ ਕਿ ਇਹਦਾ ਰਜਿਸਟ੍ਰੇਸ਼ਨ ਹੋ ਨਹੀਂ ਸਕਦਾ ਬਟ ਕਿ ਨਹੀਂ ਹੋ ਰਿਹਾ ਲਟਕੇ ਹੋਏ ਆ ਹਾਇਦਕ ਸਾਨੂੰ ਸੋਲੂਸ਼ਨ ਨਜ਼ਰ ਨਹੀਂ ਆਇਆ ਕਿ ਇਹ 4 ਵਜਨਗੇ 5 ਵਜਨਗੇ ਜਾਂ ਸ਼ਾਮ ਤੱਕ ਰਾਤ ਤੱਕ ਇਦਾਂ ਹੀ ਰਹੇਗਾ ਬਸ ਇੱਕ ਅਣਜਾਣ ਸਫਰ 'ਚ ਖੜੇ ਆ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਇਸ ਚੀਜ਼ ਬਾਰੇ ਕਿੰਨੇ ਵਜੇ ਦੇ ਤੁਸੀਂ ਇੱਥੇ ਫਸੇ ਹੋਏ ਹੋ ਸਰ 7:30 ਵਜੇ ਦੇ ਫਸੇ ਆ ਜੀ ਤੇ ਹੁਣ ਹਾਈ ਤੱਕ ਡੇਢ ਵੱਜ ਚੁੱਕਾ ਹੈ ਹਾਈ ਤੱਕ ਸਾਨੂੰ ਕੁਝ ਨਹੀਂ ਪਤਾ ਇਸ ਚੀਜ਼ ਬਾਰੇ ਮਗਰ ਜਿਹੜੀ ਲੜਕੀ ਦੀ ਸੜਕ ਹਾਦਸੇ ਚ ਮੌਤ ਹੋਈ ਹੈ ਉਹਨਾਂ ਦੇ ਘਰ ਦੇ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਆ ਕਿ ਸਾਨੂੰ ਜਿਹੜੇ ਪੁਲਿਸ ਮੁਲਾਜ਼ਮ ਆਗੇ ਇੱਥੇ ਆਣ ਮਗਰ ਪੁਲਿਸ ਮੁਲਾਜ਼ਮ ਹਾਲੀ ਤੱਕ ਕੋਈ ਨਹੀਂ ਆ ਇੱਥੇ ਨਾ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮ ਵੀ ਇੱਥੇ ਕਮਜ਼ੋਰ ਦਿਖਦਾ ਦਿਖਾਈ ਦਿੰਦੇ ਸਰ ਦੇਖੋ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜਿਸ ਘਰ ਚ ਐ ਹਾਦਸਾ ਹੋਇਆ ਉਹ ਤਾਂ ਅਫਸੋਸ ਆਉਣ ਲਈ ਬਟ ਇੱਕ ਘਰ ਦੀ ਵੈਨ ਸਾਰੀ ਜਨਤਾ ਨੂੰ ਨੁਕਸਾਨ ਮਤਲਬ ਪਰੇਸ਼ਾਨੀ ਕਰਨਾ ਚਾਹੀਦਾ ਅਗਰ ਕੋਈ ਹੈ ਤੇ ਇਹਨਾਂ ਨੂੰ ਇਹਨਾਂ ਨੂੰ ਥਾਣੇਦਾਰ ਅੱਗੇ ਥਾਣਿਆਂ ਨਾਲ ਗੱਲ ਕਰਕੇ ਕਰਨਾ ਚਾਹੀਦਾ ਜਾਂ ਥਾਣੇ ਅੱਗੇ ਧਰਨਾ ਦੇਣਾ ਚਾਹੀਦਾ ਸਾਡੇ ਇਹ ਧਰਨਾ ਦੇ ਕੇ ਕੀ ਮਿਲਦਾ ਪਿਆ ਆਮ ਜਨਤਾ ਨੂੰ ਪਰੇਸ਼ਾਨ ਹੀ ਕਰ ਰਹੇ ਆ ਨਾ ਬਸ ਸੇਮ ਪ੍ਰੋਬਲਮ ਹੀ ਹੈ ਸਿਹੜੇ ਸਵਾਰ ਨੂੰ ਨਾਲੇ ਦੇ ਫਸੇ 10 ਮਿੰਟ ਨਹੀਂ ਆਏ ਸੀ ਇੱਥੇ ਕੰਮ ਆਫਿਸ ਆਣਾ ਸੀ ਕਾ ਪਹੁੰਚ ਹੀ ਨਹੀਂ ਪਾਇਆ ਆਫੀਸ਼ਲੀ ਪਿੱਛੇ ਜਾਣਗਾ ਕਿ ਕੰਮ ਦਾ ਵਰਕਿੰਗ ਡੇ ਅੱਜ ਸੰਡੇ ਤੋਂ ਬਾਅਦ ਸਾਰਾ ਕੰਮ ਰੁਕ ਜਾਂਦਾ ਨਾ ਪ੍ਰੋਬਲਮ ਤਾਂ ਹੈ ਹੀ ਆਉਣ ਗੜੇ ਆ ਤੁਪ ਚੜੇ ਨਾ ਵਾਪਸ ਜਾ ਸਕਦੇ ਆ ਨਾ ਅੱਗੇ ਜਾ ਸਕਦੇ ਆ ਤੁਹਾਡੇ ਸਾਹਮਣੇ ਟ੍ਰੈਫਿਕ ਇੰਨਾ ਜ਼ਿਆਦਾ ਜਮ ਇਹ ਉਹ ਲੋਕ ਹੈ ਜਿਨ੍ਹਾਂ ਨੇ ਜਲੰਧਰ ਤੋਂ ਅੰਮ੍ਰਿਤਸਰ ਜਾਣਾ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਕਾਫੀ ਲੰਬਾ ਸਮੇਂ ਤੋਂ ਇਸ ਜਮ ਦੇ ਵਿੱਚ ਖੜੇ ਹੋਏ ਆ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੋਰ ਟਰੱਕ ਦੇ ਜਿਹੜੇ ਡਰਾਈਵਰ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਉਹਨਾਂ ਨੂੰ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਟਰੱਕ ਡਰਾਈਵਰ ਜਿਹੜੇ ਹੈਗੇ ਸਾਡੇ ਨਾਲ ਮੌਜੂਦ ਹੈ ਤੁਸੀਂ ਟਰੱਕ ਨੂੰ ਲੈ ਕੇ ਕਿੱਥੇ ਜਾਣਾ ਸੀ ਕਿੱਥੋਂ ਆ ਰਹੇ ਸੀ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਰ ਲੁਧਿਆਣਾ ਜਲੰਧਰ ਤੋਂ ਆਇਆ ਲੁਧਿਆਣਾ ਜਾਣਾ ਹੈ ਸਵੇਰ ਦੇ ਖੜੇ ਅਸੀਂ ਜਮ ਦੇ ਵਿੱਚ ਕੋਈ ਰੋਟੀ ਨਹੀਂ ਕੋਈ ਨਹੀਂ ਖਾਦਾ ਪੀਤਾ ਹੀ ਤੇ ਇਸ ਕਰਕੇ ਸਾਨੂੰ ਤੇ ਇਹੀ ਆਉਂਦੇ ਆ ਵੀ ਤੁਹਾਨੂੰ ਰਾਹ ਇੱਕ ਵਾਰੀ ਖੋਲ ਜਾਈਂ ਜਾਈਏ ਆਪਣੇ ਤੇ ਜੋ ਵੀ ਇਹਨਾਂ ਦਾ ਚਲੋ ਮਾੜੀ ਗੱਲ ਹੋਈ ਜੋ ਵੀ ਹੋਇਆ ਇਹਨਾਂ ਦਾ ਨੁਕਸਾਨ ਕਿਹੜਾ ਹੋਇਆ ਤੁਸੀਂ ਆਪਣੇ ਡੀਸੀ ਦਫ਼ਤਰ ਜਾ ਕੇ ਜਾਂ ਕੇ ਤੇ ਜਾ ਕੇ ਆਪਣਾ ਫੈਸਲਾ ਕਰ ਲਓ ਸਾਨੂੰ ਤਾਂ ਨੰਗਣ ਦੇਣਾ ਹੁਣ 3 3 4 4 ਲੱਖ ਰੁਪਏ ਦਾ ਸੇਵ ਭਰਿਆ ਪਿਆ ਗੱਡੀਆਂ ਦੇ ਵਿੱਚ ਸਾਰਾ ਖਰਾਬ ਹੋ ਜਾਣਾ ਏ ਸਾਡੇ ਪੱਲੇ ਕੱਖ ਨਹੀਂ ਪੈਣਾ ਤੇ ਜੋ ਇਨਸਾਨ ਪਾੜਾ ਸਾਨੂੰ ਮਿਲਣਾ ਪਾੜਾ ਵੀ ਸਾਡੇ ਤੇ ਡੇਪਣ ਆਣ ਕੇ ਹਾਂਜੀ ਉਹ ਟਰੱਕ ਡਰਾਈਵਰ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆਂ ਦੇਖੋ ਜੀ ਅਸੀਂ 4 ਘੰਟੇ ਹੋ ਗਏ ਸਾਨੂੰ ਇੱਥੇ ਖੜਿਆ ਨੂੰ ਅਸੀਂ ਸੇਵ ਲੋਡ ਕੀਤਾ ਕੱਚਾ ਮਾਲ ਆ ਸਾਨੂੰ ਵਪਾਰੀ ਨੇ ਮੁੜ ਕੇ ਜਾ ਕੇ ਪੈਸੇ ਨਹੀਂ ਦੇਣੇ ਇਹਨਾਂ ਨੂੰ ਅਸੀਂ ਪਹਿਲਾਂ ਵੀ ਉੱਥੇ ਅਸੀਂ ਜਾ ਕੇ ਵਿਚਾਰ ਸਾਂਝੇ ਕੀਤੇ ਸੀ ਇਹਨਾਂ ਨਾਲ ਵੀ ਤੁਸੀਂ ਡੀਸੀ ਦਫ਼ਤਰ ਤਰਨਾ ਲਾ ਲਓ ਜਾ ਕੇ ਉਸੀ ਜਗ੍ਹਾ ਤੇ ਲਾ ਲਓ ਪਾਰਟੀ ਬਾਜੀ ਦਫ਼ਤਰ ਜਾ ਕੇ ਫੈਸਲਾ ਕਰ ਲਓ ਆਪਦਾ ਇੱਥੇ ਆਏ ਸੀ ਡੀਜੀਪੀ ਵੀ ਵੱਡੇ ਅਫਸਰ ਉਹਨਾਂ ਤੇ ਆਏ ਸੀ ਪਰ ਉਹਨਾਂ ਨੇ ਫੈਸਲਾ ਨਹੀਂ ਕੀਤਾ ਉਹ ਕਹਿੰਦੇ ਵੀ ਸਾਡੀ ਮੰਗ ਇੱਥੇ ਆ ਵੀ ਉਹ ਪੁਲਿਸ ਵਾਲਾ ਇੱਥੇ ਆਵੇ ਤੇ ਫੈਸਲਾ ਕਰਨਾ ਹੁਣ ਤੁਸੀਂ ਦੱਸੋ ਵੀ ਪੁਲਿਸ ਵਾਲਾ ਨਹੀਂ ਇੱਥੇ ਥੋੜੇ ਆਉਣਗੇ ਜੀ ਉਹ ਤਾਂ ਆਪਦੇ ਉਹਨਾਂ ਦੇ ਬੰਦੇ ਉਹਨਾਂ ਦੇ ਆਪਦੇ ਹੁੰਦੇ ਆ ਸਾਰੇ ਉਹਨਾਂ ਦੇ ਆਪਦੇ ਬੰਦੇ ਪਾਸੇ ਕਰਦੇ ਵੀ ਜੀ ਅਸੀਂ ਸ੍ਰੀਨਗਰ ਤੋਂ ਆਏ ਆ ਪਹਿਲਾਂ ਤਾਂ ਸ੍ਰੀਨਗਰ ਜਾਮ ਲੱਗਿਆ ਹੋਇਆ ਫਿਰ ਘਾਟੀ ਦੇ ਵਿੱਚ ਜਾਮ ਲੱਗਿਆ ਹੋਇਆ ਸੀ ਤੇ ਸਵੇਰੇ ਅਸੀਂ ਪਾਰ ਕਰ ਗਏ ਤੇ ਜਲੰਧਰ ਬਾਈਪਾਸ ਕਮਾ ਦਾ ਕੋਈ ਇੱਥੇ ਦੱਸ ਦੇ ਅੱਗੇ ਕੋਈ ਲੜਕੀ ਉਹਦੇ ਕਾਰ ਦੇ ਥੱਲੇ ਆ ਗਈ ਉਹਦੇ ਥੱਲੇ ਆਉਣ ਕਰਕੇ ਜਾਮ ਲੱਗਿਆ ਹੋਇਆ ਹੁਣ ਗੱਡੀਆਂ ਵਾਲਿਆਂ ਦਾ ਔਖਾ ਹੋਇਆ ਪਿਆ ਨਾ ਰੋਟੀ ਨਾ ਪਾਣੀ ਨਾ ਲੈਣ ਨਾ ਦੇਣ ਇੱਥੇ ਬਹੁਤ ਔਖਾ ਹੋ ਜਾ ਪਿਆ ਤੇ ਹੁਣ ਪਤਾ ਨਹੀਂ ਕਹਿੰਦੇ ਸ਼ਾਮ 4 ਵਜੇ ਤੱਕ ਜਾਮ ਖੁੱਲੂਗਾ ਹੁਣ ਇਹ ਨਹੀਂ ਪਤਾ ਵੀ ਕਦ ਇਹ ਜਾ ਹੋਊਗਾ ਜੀ ਕਿ ਸਮਾਂ ਕੀ ਹੈ ਸਾਡੇ ਕੋ ਸੇਵ ਲੋਡ ਆ ਜੀ ਸੇਵ ਲੋਡ ਕਰਿਆ ਹੋਇਆ ਟਾਈਮ ਦਾ ਮਾਲ ਆ ਕੱਚਾ ਮਾਲਾ ਟਾਈਮ ਤੇ ਜਾਣਾ ਹੁੰਦਾ ਜੀ ਉਹਦੇ ਕਰਕੇ ਹੁਣ ਹੈਰਾਨ ਹੋ ਰਹੇ ਆ ਪਤਾ ਨਹੀਂ ਕਿੰਨੇ ਵਜੇ ਤੱਕ ਇਹ ਜਾਮ ਖੁੱਲੂਗਾ ਜੀ ਬਹੁਤ ਜ਼ਿਆਦਾ ਦਿੱਕਤ ਆ ਜੀ ਹੁਣ ਪਹਿਲਾਂ ਸ਼੍ਰੀਨਗਰ ਤੋਂ ਚੱਲੇ ਹੋਏ ਆ ਪਹਿਲਾਂ ਤਾਂ ਉੱਧਰ ਹੈਰਾਨ ਹੁੰਦੇ ਆਉਨੇ ਆ ਫੇਰ ਆ ਮੁੜ ਕੇ ਇੱਥੇ ਜਲੰਧਰ ਆ ਕੇ ਉਧਰੋਂ ਪੰਪੂ ਦਾ ਮਤਲਬ ਟਰੈਫਿਕ ਆ ਲੈਨੇ ਇੱਧਰ ਉੱਪਰ ਜੀ ਆ ਰਾਮਾ ਮੰਡੀ ਘੁਮਾ ਕੇ ਗੱਡੀਆਂ ਲੈਣਦੀਆਂ ਉਰੇ ਆਏ ਤਾਂ ਉਰੇ ਹੁਣ ਆ ਜਾਮ ਲੱਗਿਆ ਹੋਇਆ ਇਹ ਤਾਂ ਸਵੇਰ ਦੇ ਇਹੀ ਕੁਝ ਹੋ ਰਿਹਾ ਅੱਜ ਬਹੁਤ ਜਾਨੀ ਬਹੁਤ ਬਹੁਤ ਪਰੇਸ਼ਾਨ ਆ ਜੀ ਬਸ ਪੁੱਛੋ ਹੀ ਨਾ ਕਰੋ ਜੇ ਗੱਡੀ ਲੇਟ ਹੋ ਜਾਂਦੀ ਹੈ ਫਿਰ ਵਪਾਰੀ ਪੈਸੇ ਕੱਟਦਾ ਜੀ ਕੋਈ ਨਹੀਂ ਮੰਨਦਾ ਇਹਨੂੰ ਵੀ ਇਹ ਲੇਟ ਹੋ ਗਈ ਕਾਹਦੇ ਗੱਡੀ ਲੇਟ ਹੋ ਗਈ ਵਪਾਰੀ ਨੇ ਦਬਦੇ ਪੈਸੇ ਕੱਟ ਲੈਣੇ ਆ ਹੁਣ ਸਾਡਾ ਇੱਥੇ ਕੀ ਕਸੂਰ ਆ ਜੀ ਸਵੇਰ ਦੇ ਫਸੇ ਹੋਏ ਆ ਪਤਾ ਨਹੀਂ ਕਦੋਂ ਜਾਮ ਖੋਲਣਾ ਕਦੋਂ ਨਹੀਂ ਖੋਲਣਾ ਜੀ ਸਵੇਰ ਦੇ ਖੜੇ ਆ ਜੀ ਹਾਂਜੀ ਠੀਕ ਇਹ ਸੀ ਟਰੱਕ ਡਰਾਈਵਰ ਜਿਨ੍ਹਾਂ ਨੇ ਕਿਹਾ کافی ਲੰਬਾ ਸਮਾਂ ਹੋ ਗਿਆ ਜਾਮ ਚ ਫਸੇ ਹੋਏ ਆ ਟਰੱਕਾਂ ਦੇ ਵਿੱਚ ਸਮਾਨ ਲੋਡ ਆ ਸਮਾਨ ਜਿਹੜਾ ਟਰੱਕਾਂ ਦੇ ਵਿੱਚ ਜਿਹੜਾ ਲੋਡ ਆ ਖਰਾਬ ਹੋ ਰਿਹਾ ਇਹਨਾਂ ਵੱਲੋਂ ਵੀ ਘਾਰ ਦੇ ਜਿਹੜੇ ਪਰਿਜਨ ਨੇ ਜਿਹੜੇ ਧੰਨ ਲਗਾ ਕੇ ਬੈਠੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਨੂੰ ਕਿਹਾ ਗਿਆ ਕਿ ਥੋੜਾ ਜਿਹਾ ਰਾਹ ਦੇ ਦਿਓ ਮਗਰ ਉਹਨਾਂ ਦਾ ਇਹੀ ਕਹਿਣਾ ਕਿ ਰਾਹ ਉਦੋਂ ਹੀ ਮਿਲੇਗਾ ਜਦੋਂ ਇਹਨਾਂ ਨੂੰ ਇਨਸਾਫ਼ ਮਿਲੇਗਾ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਹੋਇਆ ਹੈ ਉੱਥੇ ਹੀ ਤੁਹਾਨੂੰ ਤਸਵੀਰਾਂ ਦਿਖਾ ਦਨੇ ਜਿਹੜੇ ਲੋਕ ਨੈਸ਼ਨਲ ਹਾਈਵੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਨਾਲ ਮੌਜੂਦ ਹੈ ਕੁਝ ਲੋਕ ਜਿਹੜੇ ਹਾਈਵੇ ਦੇ ਵਿੱਚ ਜ ਫਸੇ ਹੋਏ ਆ ਕਾਫੀ ਲੰਬਾ ਸਮਾਂ ਹੋ ਗਿਆ ਜਾਮ ਚ ਫਸੇ ਹੋਏ ਇਹਨੂੰ ਤੁਹਾਨੂੰ ਕੀ ਕਹਿਣਾ ਹੈ ਤੁਹਾਡਾ ਸਾਡਾ ਇਹੀ ਕਹਿਣਾ ਹੈ ਜਿਹੜਾ ਜਾਮ ਜੋ ਹੋਇਆ ਵਾ ਜੇ ਇੱਕ ਨੇ ਗਲਤੀ ਕੀਤੀ ਹੈ ਜੇ ਉਹ ਪੁਲਿਸ ਵਾਲਾ ਕੋ ਉਹਨਾਂ ਕਰਕੇ ਚੱਲ ਗਿਆ ਉਹ ਹੁਣ ਪ੍ਰਸ਼ਾਸਨ ਸੁੱਤਾ ਪਿਆ ਪ੍ਰਸ਼ਾਸਨ ਇਹਦਾ ਗੱਡੀਆਂ ਆਪਣੀਆਂ ਪਿੱਛੇ ਨੂੰ ਮੂਰਤੀਆਂ ਦੂਜੇ ਪਾਸੇ ਅਲੱਗ ਕਰਤੀਆਂ ਕੋਈ ਰੂਟ ਡਾਇਵਰਟ ਕਰਤੇ ਜਿਹੜੀਆਂ ਗੱਡੀਆਂ ਰੂਟਾਂ ਦੇ ਵਿੱਚ ਇੱਥੇ ਖੜ ਗਈਆਂ ਜਾਂ ਫਸ ਗਈਆਂ ਹੁਣ ਪ੍ਰਸ਼ਾਸਨ ਸੋ ਗਿਆ ਪ੍ਰਸ਼ਾਸਨ ਨੂੰ ਕੋਈ ਫਰਕ ਨਹੀਂ ਹੈ ਜਿਹੜੇ ਬੰਦੇ ਬੰਦ ਕਰਨੇ ਵਾਲੇ ਵੀ ਜਾਮ ਲਾਣ ਵਾਲੇ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਵੀ ਜੇ ਤੁਸੀਂ ਬੰਦ ਕਰਨਾ ਹੀ ਚਾਹਦੇ ਆ ਤਾਂ ਬੰਦ ਕਰੋ ਡੀਸੀ ਦਫ਼ਤਰਾਂ ਨੂੰ ਘੇਰੋ ਪ੍ਰਜਾຊਨੋ ਘੇਰੋ ਜਿਹੜੇ ਹੈਗੇ ਉੱਪਰ ਕਰਦੇ ਧਰਤੇ ਜਿਹੜੇ ਮੇਨ ਬੈਠਿਆ ਜਲੰਧਰ ਦਾ ਜਿੰਨਾ ਪ੍ਰਸ਼ਾਸਨ ਹੈ ਉਹਨੂੰ ਘੇਰ ਕੇ ਉਹਨੂੰ ਉੱਥੇ ਸचेत ਕਰੋ ਇੱਧਰ ਘੇਰ ਕੇ ਕਿ ਆ ਜਨਤਾ ਨੂੰ ਦੁਖੀ ਕਰਨ ਵਾਲੀ ਗੱਲ ਹੈ ਜਿਹੜਾ ਇਸ ਪ੍ਰੇਜ਼ੀਡੈਂਟ ਕੋ ਜਾਂ ਵਿੱਚ ਫਸਿਆ ਕਿਸੇ ਨੂੰ ਕੋਈ ਮਜਬੂਰੀ ਕਿਸੇ ਨੂੰ ਕੋਈ ਮਜਬੂਰੀ ਹੈ ਇਹ ਅਸੀਂ ਬੰਦਾ ਕਿਆ ਕਰੇਗਾ ਹੁਣ ਤੁਸੀਂ ਦੱਸੋ ਕੋਈ ਟਾਈਮ ਗੱਡੀਆਂ ਦਾ ਮਾਲਕ ਕੋਈ ਕਿਸੇ ਦਾ ਟਾਈਮ ਦਾ ਫਿਕਸ ਟਾਈਮ ਹੈ ਅੱਗੇ ਜਾ ਕੇ ਉਹਨੂੰ ਪੈਨਲਟੀ ਪੈਂਦੀ ਉਹ ਪੈਨਲਟੀ ਕਿੱਥੇ ਦੇ ਭਰੂਗਾ ਉਹਨੂੰ ਕਿਰਾਇਆ ਨਹੀਂ ਮਿਲਣਾ ਉਹ ਕਿਰਾਇਆ ਇਸ ਕਰਕੇ ਇਹ ਸਰਪ ਜਾਮ ਦੀ ਭਜਾ ਅਸੀਂ ਤਾਂ ਪਿੰਡ ਵਾਲਿਆਂ ਨੂੰ ਇਹੀ ਬੇਨਤੀ ਕਰਦੇ ਵੀ ਭਾਈ ਜੇ ਜਾਣਾ ਦਾ ਜਾਮ ਤੁਸੀਂ ਲਾਣਾ ਹੈ ਤਾਂ ਜਾਮ ਲਾਓ ਪ੍ਰਸ਼ਾਸਨ ਦੇ ਮੋਹਰੇ ਇੱਥੇ ਤੁਹਾਡੇ ਕੰਨ ਪਰ ਪ੍ਰਸ਼ਾਸਨ ਦੇ ਕੰਨ ਪਰ ਕੋਈ ਜੂ ਨਹੀਂ ਸਰਕੀ ਹੁਣ ਤੱਕ ਸਵੇਰ ਤੀ ਜਾਮ ਲੱਗਿਆ ਹੋਇਆ ਗੱਡੀਆਂ ਵਾਲੇ ਪਰੇਸ਼ਾਨ ਹੈ ਮ ਬੱਚੇ ਤਰਾਦਾਰ ਕਰ ਰਹੇ ਆ ਨਾ ਕੋ ਖਾਣ ਦਾ ਪ੍ਰਬੰਧ ਨਾ ਕੋ ਇੱਥੇ ਕੋ ਹੋਟਲ ਜਾਂ ਕੋ ਕੁਝ ਨਹੀਂ ਆ ਜਿੱਦ ਜਿਹਨੇ ਦੂਰ ਜਾਣਾ ਉਹਨਾਂ ਵਾਸਤੇ ਮੁਸ਼ਕਲ ਆ ਸੋ ਅਸੀਂ ਦਾ ਪ੍ਰਸ਼ਾਸਨ ਨੂੰ ਜਗਾਉਂਦੇ ਆ ਲੋਕਾਂ ਨੂੰ ਵੀ ਜਗਾਉਂਦੇ ਅਜੇ ਸੰਘਰਸ਼ ਕਰਨਾ ਏ ਜਿਹਨਾਂ ਬੱਚਿਆਂ ਤੋਂ ਚਲੋ ਉਹਨਾਂ ਦੀ ਆਤਮਾ ਨੂੰ ਰੱਬ ਸ਼ਾਂਤੀ ਦੇਵੇ ਜਿਹੜਾ ਬੰਦਾ ਕਰ ਗਿਆ ਗਲਤ ਉਹਨੂੰ ਸਜ਼ਾ ਦੇਣੀ ਚਾਹੀਦੀ ਪਰ ਜੇ ਸਜ਼ਾ ਇੱਥੇ ਬੈਠ ਕੇ ਨਹੀਂ ਜਾਮ ਲਾ ਕੇ ਨਹੀਂ ਸਜ਼ਾ ਹੋਣੀ ਪਿੰਡਾਂ ਵਾਲਿਆਂ ਨੂੰ ਇਹੀ ਅਪੀਲ ਕਰਦੇ ਬਾਅਦ ਜਾ ਕੇ ਡੀਸੀ ਦਫ਼ਤਰ ਨੂੰ ਘੇਰੋ ਪੁਲਿਸ ਵਾਲਿਆਂ ਨੂੰ ਪੁਲਿਸ ਲੈਣ ਘੇਰੋ ਤਾਕੇ ਉਹਨਾਂ ਪਰ ਉਹਨਾਂ ਨੂੰ ਪਤਾ ਲੱਗਾ ਜੇ ਉਹਨਾਂ ਨੂੰ ਰੋਕੋ ਸ਼ਹਿਰ ਸ਼ਹਿਰ ਬੰਦ ਕਰੋ ਤਾਂ ਇਹਦਾ ਹੋਣਾ ਫਰਕ ਨਹੀਂ ਤਾਂ ਕੋਈ ਫਰਕ ਨਹੀਂ ਆ ਉਹਨਾਂ ਨੂੰ ਰੂਟ ਡਾਇਵਰਟ ਕਰਤੇ ਵੇ ਜਿਹੜਾ ਰੂਟ ਵਿੱਚ ਫਸ ਗਿਆ ਉਹ ਫਸ ਗਿਆ ਇਸ ਕਰਕੇ ਇਹ ਜਿਹੜੀ ਹੈ ਪ੍ਰਸ਼ਾਸਨ ਤੋਂ ਮਾਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਜੇ ਰਸਤਾ ਖਲਾ ਸਕਦੇ ਜਿੰਨੀ ਛੇਤੀ ਖਲਾਓ ਭਾਈ ਲੋਕ ਬੜੀ ਮੁਸ਼ਕਲ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਲੋਕ ਵੀ ਸਾਡੇ ਨਾਲ ਮੌਜੂਦ ਹੈ ਜਿਹੜੇ ਪਰੇਸ਼ਾਨ ਹੋ ਰਹੇ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀਗਾ ਹਮਾ ਤਾਂ ਵੈਸਣ ਦੇਵੀ ਦੇ ਦਰਸ਼ਨ ਕਰਕੇ हम हरिद्वार के लिए प्रस्थान कर रहे थे यहाँ देखा जाम मिला हुआ है और जाम सुबह से हो रहा है लगभग लगभग नौ साढ़े नौ बजे से जाम हुआ है प्रशासन अभी तक आए नहीं उनकी बात सुन ले तो प्रशासन पता चले कि हाँ भाई ये दिक्कत है प्रशासन जाम खुल जाएगा अब इसमें क्या है सभी को दिक्कत है हम लोगों को भी दिक्कत है और जो बता रहे कच्ची माल की गाड़ियाँ खड़ी हैं उनको भी दिक्कत है ख़राब हो जाएगा कौन जी बीमार होगा इसका भाई देखिए हमारे सारी जो सवारी हैं ये सारी जो सब प्रसन्न है यहाँ पर खाने की सुविधा है ना पीने की सुविधा है दिक्कत हो रही है पानी हम दो किलोमीटर दूर से लेके आ रहे हैं बच्चों के लिए बच्चों परेशान हैं बच्चे रो रहे हैं यहाँ पे बस में कितनी हैं हैं कितनी बच्चे। हैं, कितने बच्चे बस में कम से कम बीस था। था। वाये। वाये तो लेडीज होंगी और बाकी साठ सवारी टोटल है और बच्चे होंगे इसमें कम से कम बीस एक बच्चे भी होंगे सब परेशान है यात्री है माता वैष्णो देवी तो आए हुए दिखा देने ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੋਂ ਦਰਸ਼ਨ ਕਰਕੇ ਆਏ ਨੇ ਔਰ ਬਸਦੇ ਵਿੱਚ 62 ਸਵਾਰੀਆਂ ਦੱਸੀਆਂ ਜਾ ਰਹੀਆਂ ਬਸਰ ਸਵਾਰੀਆਂ ਚੋ ਕਾਫੀ ਬੱਚੇ ਆ ਤਸਵੀਰਾਂ ਜਲੰਧਰ ਸ਼ਹਿਰ ਦੇ ਇੰਟਰਨੈਸ਼ਨਲ ਹਾਈਵੇ ਦੀਆਂ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਦਾ ਕਾਫੀ ਬੁਰਾ ਹਾਲ ਹੈ ਗਰਮੀ ਦੇ ਨਾਲ ਦੇਖ ਸਕਦੇ ਹੋ ਤੁਸੀਂ ਬੱਚੇ ਨੂੰ ਕਿੱਦਾਂ ਸੰਭਾਲਿਆ ਜਾ ਰਿਹਾ ਹੈਗਾ ਛੋਟੇ ਛੋਟੇ ਬੱਚੇ ਆ ਤਸਵੀਰਾਂ ਦੀ ਦੇਖ ਸਕਦੇ ਹੋ ਕਾਫੀ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਮੁਸ਼ਕਲ ਹੈ ਛੋਟੇ ਛੋਟੇ ਬੱਚੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਛੋਟੇ ਛੋਟੇ ਬੱਚੇ ਦੇਖ ਸਕਦੇ ਹੋ ਬੱਚਿਆਂ ਨੂੰ ਕਾफी ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਕਹਿਣਾ ਕਿ ਜਿਹੜੇ ਨੌਜਵਾਨ ਹੈਗੇ ਉਹ ਤਦਗਰਮੀ ਸੈਨ ਕਰ ਲੂਗੇ ਮਗਰ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਕਿੱਦਾਂ ਸਹਾਇਆ ਜਾਏ ਜਾਏ ਤਦ ਭੁੱਖ ਸੁਵੇਰੇ ਤੋਂ ਭੁੱਖੇ ਪਿਆਸੇ ਬੈਠੇ ਹੋਏ ਨੈਸ਼ਨਲ ਹਾਈਵੇ ਫਗਵਾੜਾ ਦਸਵੀਂ ਤਰ ਦੂਸਰੇ ਪਾਸੇ ਤੁਹਾਨੂੰ ਪੰਜਾਬ ਰੋਡਵੇ ਦੀਆਂ ਬੱਸਾਂ ਵੀ ਦਿਖਾ ਦਿੰਨੇ ਆ ਕਿੱਦਾਂ ਜਾਨ ਜੋ ਬੱਸੀਆਂ ਹਾਂ ਤਸਵੀਰਾਂ ਦੇਖੋ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੋਂ

ਗਾੜੀਆਂ ਨਿਕਲਣੀ ਚਾਹੀਏ ਉਸ ਦੇ ਬੱਸੇ ਤੁਹਾਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵੀ ਦਿਖਾ ਦਿੰਦੇ ਜਿਹੜੀਆਂ ਜਾਮ ਵਿੱਚ ਫਸੀਆਂ ਹੋਈਆਂ ਜਿਹਦੇ ਵਿੱਚ ਵੀ ਸਵਾਰੀਆਂ ਬੈਠੀਆਂ ਹੋਈਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਜਿਹੜੀਆਂ ਬੱਸਾਂ ਹੈਗੀਆਂ ਬੱਸਾਂ ਵੀ ਜਾਮ ਵਿੱਚ ਫਸੀਆਂ ਹੋਈਆਂ ਬੱਸਾਂ ਦੇ ਵਿੱਚ ਸਵਾਰੀਆਂ ਬੈਠੀਆਂ ਹੋਏ ਜਿਨ੍ਹਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਛੋਟੇ ਛੋਟੇ ਬੱਚੇ ਦੱਸੇ ਜਾ ਰਹੇ ਨੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਆਪਣੇ ਕੈਮਰਾਮੈਨ ਪਰਮਨੰਥ ਤੋਂ ਕਹਾਂਗਾ ਕਿ ਅੰਦਰਲੀਆਂ ਤਸਵੀਰਾਂ ਵੀ ਦਿਖਾਈਆਂ ਜਾਣ ਪਗਵਾੜਾ ਹਾਈਵੇ ਤੇ ਉੱਤੇ ਸਵੇਰੇ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਲੜਕੀ ਦੀ ਮੌਤ ਹੋ ਜਾਂਦੀ ਹੈ ਇੱਕ ਲੜਕੀ ਬੜੀ ਬੇਰਹਿਮੀ ਨਾਲ ਕਾਇਲ ਹੋ ਜਾਂਦੀ ਹੈ ਜਿਹੜੀ ਹਲੇ ਦੇ ਇਲਾਜ ਹੈ ਜਿਹੜੀ ਲੜਕੀ ਦੀ ਮੌਤ ਹੁੰਦੀ ਹੈ ਉਹਨਾਂ ਦੇ ਪਰਿਵਾਰਾਂ ਵੱਲੋਂ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਇਨਸਾਫ ਨੂੰ ਲੈ ਕੇ ਜਿਸ ਕਾਰਨ ਲੋਕ ਜਿਹੜੇ ਇੱਥੇ ਜਾਮ 'ਚ ਫਸੇ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨੇ ਦੇਖਣਾ ਹੈ ਕਿ ਪ੍ਰਸ਼ਾਸਨ ਵੱਲੋਂ ਜਿਹੜੀ ਲੜਕੀ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨਾਲ ਅੱਗੇ ਕਦੋਂ ਗੱਲਬਾਤ ਕੀਤੀ ਜਾਏਗੀ ਔਰ ਜਿਹੜੀ ਲੜਕੀ ਦੀ ਮੌਤ ਹੋਈ ਹੈ ਸੜਕ ਹਾਦਸੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਆ ਕੇ ਗੱਲਬਾਤ ਕਰੇ ਸਾਨੂੰ ਇਨਸਾਫ ਦਵੇ ਹੁਣ ਦੇਖਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਦੋਂ ਉਹਨਾਂ ਨੂੰ ਇਨਸਾਫ ਦੁਲਾਇ ਦਿੱਤਾ ਜਾਂਦਾ ਹੈ ਉਹ ਕਦੋਂ ਇਹ ਨੈਸ਼ਨਲ ਹਾਈਵੇ ਖੋਲਿਆ ਜਾਂਦਾ ਤਾਂ ਕਿ ਲੋਕਾਂ ਨੂੰ ਸਾਹ ਨਾਲ ਸਾਹ ਲੈਣਾ ਪਵੇ ਔਰ ਜਿਹੜੀ ਮੁਸ਼ਕਲਾਂ ਪੈ ਰਹੀਆਂ ਮੁਸ਼ਕਲਾਂ ਤੋਂ ਸਾਹਮਣਾ ਕਰਨਾ ਪਵੇ ਕੈਮਰਾਮੈਨ ਪਵੰਦੇਨਾ ਵਿਨੈਕ ਸ਼ਰਮਾ ਡੈਨਿੰਗਚੁਰਾ ਟੀਵੀ ਜਲੰਧਰ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ सलीम ਖਾਨ 9819937407